ਸਿੱਧੂ ਮੂਸੇਵਾਲੇ ਦੇ ਜਿਉਂਦੇ ਜੀ। ਜਦੋਂ ਸਿੱਧੂ ਦਾ ਕੋਈ ਨਵਾਂ ਗੀਤ ਆਉਂਦਾ ਸੀ ਤਾਂ ਕੋਈ ਵੀ ਸਿੰਗਰ ਉਸ ਦਿਨ ਆਪਣਾ ਗੀਤ ਰਿਲੀਜ਼ ਨਹੀਂ ਸੀ ਕਰਦਾ ਅਤੇ ਜਿਸ ਨੇ ਅਨਾਊਂਸਮੈਂਟ ਕੀਤੀ ਵੀ ਹੁੰਦੀ ਸੀ ਉਹ ਵੀ ਡੇਟਾ ਚੇਂਜ ਕਰ ਲੈਂਦੇ ਸਨ। ਸਿੱਧੂ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਫੈਨਾਂ ਵੱਲੋਂ ਇਹੀ ਕਿਹਾ ਜਾਂਦਾ ਹੈ ਕਿ ਜਿਸ ਦਿਨ ਸਿੱਧੂ ਮੂਸੇਵਾਲਾ ਦਾ ਗੀਤ ਆਉਣਾ ਹੋਵੇ ਉਸ ਦਿਨ ਗੀਤ ਰਿਲੀਜ਼ ਨਾ ਕਰੋ, ਕਿਉਂਕਿ ਸਿੱਧੂ ਦੇ ਗੀਤ ਦਾ ਕਰੇਜ਼ ਹੀ ਲੋਕਾਂ ਵਿੱਚ ਇੰਨਾ ਜ਼ਿਆਦਾ ਹੁੰਦਾ ਹੈ ਕਿ ਉਹਨਾਂ ਦਾ ਹੋਰ ਕਿਸੇ ਸਿੰਗਰ ਦੇ ਗੀਤ ਵੱਲ ਧਿਆਨ ਹੀ ਨਹੀਂ ਜਾਂਦਾ। ਇੱਦਾਂ ਹੀ ਹੋਇਆ ਪੰਜਾਬੀ ਸਿੰਗਰ ਏਪੀ ਢਿੱਲੋਂ ਨਾਲ। 30 ਅਗਸਤ ਨੂੰ ਸਿੱਧੂ ਮੂਸੇਵਾਲਾ ਦਾ ਅਟੈਚ ਗੀਤ ਰਿਲੀਜ਼ ਹੋਇਆ ਸੀ ਅਤੇ 30 ਅਗਸਤ ਨੂੰ ਹੀ ਏਪੀ ਢਿੱਲੋਂ ਦੀ ਐਲਬਮ ਦਾ ਬਰਾਊਨ ਪ੍ਰਿੰਟ ਰਿਲੀਜ਼ ਹੋਈ ਸੀ, ਜਿੱਥੇ ਰਿਲੀਜ਼ ਹੁੰਦੇ ਹੀ ਸਿੱਧੂ ਮੂਸੇਵਾਲੇ ਦੇ ਗੀਤ ਨੂੰ 1 ਘੰਟੇ ਵਿੱਚ ਹੀ 1 ਮਿਲੀਅਨ ਤੋਂ ਜ਼ਿਆਦਾ ਵਿਊ ਆ ਗਏ। ਉੱਥੇ ਹੀ ਏਪੀ ਢਿੱਲੋਂ ਦੀ ਐਲਬਮ ਦੇ ਸਾਰੇ ਗੀਤ 2 ਦਿਨ ਬੀਤ ਜਾਣ ਦੇ ਬਾਵਜੂਦ ਵੀ 1 ਮਿਲੀਅਨ ਨੂੰ ਵੀ ਟੱਚ ਨਹੀਂ ਕਰ ਪਾਏ, ਜਦੋਂ ਕਿ ਸਿੱਧੂ ਮੂਸੇਵਾਲੇ ਦਾ ਗੀਤ 2 ਦਿਨ ਬਾਅਦ 14 ਮਿਲੀਅਨ ਵਿਊ ਦੇ ਨਾਲ ਨੰਬਰ 1 ਟ੍ਰੈਂਡਿੰਗ 'ਤੇ ਚੱਲ ਰਿਹਾ ਹੈ। ਹੋਰ ਤਾਂ ਹੋਰ ਅਟੈਚ ਗੀਤ ਦਾ ਟੀਜ਼ਰ ਵੀ ਨੰਬਰ 4 ਟ੍ਰੈਂਡਿੰਗ 'ਤੇ ਚੱਲ ਰਿਹਾ ਹੈ। ਜੇਕਰ ਸੰਸਾਰ ਭਰ ਵਿੱਚ ਟ੍ਰੈਂਡਿੰਗ ਦੀ ਗੱਲ ਕਰੀਏ ਤਾਂ ਸਿੱਧੂ ਮੂਸੇਵਾਲੇ ਦਾ ਗੀਤ ਪਹਿਲੇ ਦਿਨ ਨੰਬਰ 1 ਟ੍ਰੈਂਡਿੰਗ 'ਤੇ ਚੱਲ ਰਿਹਾ ਸੀ, ਜਦੋਂ ਕਿ 2 ਦਿਨ ਬੀਤ ਜਾਣ ਦੇ ਬਾਅਦ ਵੀ ਇਹ ਗੀਤ 9 ਨੰਬਰ ਟ੍ਰੈਂਡਿੰਗ 'ਤੇ ਚੱਲ ਰਿਹਾ ਹੈ। ਏਪੀ ਢਿੱਲੋਂ ਦੀ ਐਲਬਮ ਦਾ ਕੋਈ ਵੀ ਗੀਤ ਇਸ ਲਿਸਟ ਵਿੱਚ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ। ਏਪੀ ਢਿੱਲੋਂ ਇੱਕ ਵਧੀਆ ਸਿੰਗਰ ਹੈ, ਇਸ ਦੇ ਵਿੱਚ ਕੋਈ ਸ਼ੱਕ ਨਹੀਂ। ਉਸ ਦੇ ਗੀਤਾਂ ਨੂੰ ਪੰਜਾਬ ਦੇ ਨਾਲ ਨਾਲ ਬਾਲੀਵੁੱਡ ਵਿੱਚ ਵੀ ਲੋਕ ਕਾਫੀ ਪਸੰਦ ਕਰਦੇ ਹਨ, ਪਰ ਸਿੱਧੂ ਮੂਸੇਵਾਲ ਦੇ ਅਟੈਚ ਗੀਤ ਨਾਲ ਐਲਬਮ ਰਿਲੀਜ਼ ਕਰਨ ਦਾ ਖਮਿਆਜਾ ਏਪੀ ਢਿੱਲੋਂ ਨੂੰ ਭੁਗਤਣਾ ਪਿਆ। ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ, ਗੈਟ ਐਕਸ ਲਵ ਬੈਕ ਇਨ ਯੂਰ ਲਾਈਫ, ਹੁਣੀ ਵਸ਼ੀਕਰਨ ਕਰਵਾਓ, ਮਨ ਚਾਹ ਪ੍ਰੇਮੀ ਪ੍ਰੇਮਿਕਾ ਪਾਓ, ਪਰੇਸ਼ਾਨੀ ਜਿਵੇਂ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਪਤੀ ਪਤਨੀ ਚ ਅਣਬਣ, ਔਲਾਦ ਸੁੱਖ, ਵਿਦੇਸ਼ ਯਾਤਰਾ, ਪਿਆਰ ਚ ਰੁਕਾਵਟ, ਖੋਇਆ ਪਿਆਰ ਵਾਪਸ ਪਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਕਰਜ਼ਾ ਮੁਕਤੀ, ਪ੍ਰੇਮ ਵਿਆਹ ਚ ਦੇਰੀ, ਤਲਾਕ ਕੇਸ, ਜ਼ਮੀਨੀ ਝਗੜਾ, ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ, ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ, ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। 97798922728।